हाँ जी सत श्रीकाल सारिआं नूं, की हाल है, कैम है जी? से तां अज पहुँचे सीगे जी, असीं पिंड मंडीकला सी जी, रामपुरे फूल दे नज़दीक आ, मौड़ मंडी ते रामपुरे वाले रोड दे उत्ते पिंड है, जिला बठिंडा ही पै जांदा, बठिंडा ही पैंदा इहनूं जिला, है ना? बठिंडा, बठिंडे का भी यह लास्ट पिंड ही आ गया मैनूं लगदा इधर नूं। ओके ठीक है, यह बठिंडे जिले का पिंड आ जांदा जी, मौड़ मंडी वाले रोड ते आ, रामपुरे तों सीधा मंडीकला। तां इत्थे पहुँचे सीगे अज बाई दे कोले, बाई नाल गल्लबात भी करवाउणे आ। तो जे आप गल करिए अज जिदे वास्ते आप वीडियो शूट करन वास्ते आए, वह हैगी जी ये मज। तो बाई दे नाल सानू मज दी डिटेल की गल करवाउणी आ, दुध की गल करवाउणी आ, इदां दीआं मज्जां मैं सानू दस्सिया वी आप माड़ी मज दी पाउंदे नहीं हुंदे, जदों वीडियो आउंदी आ आपां उहदी जांदे हुंदे आ, जदों 20 लीटर तों बंदा कोई उत्ते गए दे ते जां 15 18 तों घट तां आपां किते वीडियो वैसे भी नहीं पाई नॉर्मल दे विच, जिहड़ी कि सिरे दी मज आपां उह मानदे आ जिहड़ी 20 लीटर तों उत्ते होवे। तां इह ब्रीड कन्नूओं ला के ਤਾਂ ਅੱਜ ਸੋਈ ਵੀ ਮੈਨੂੰ ਥੋੜ੍ਹਾ ਜਿਹਾ ਘੂਰ ਦੇ, ਇੱਕ ਤਾਂ ਮੇਰੇ ਕੈਪਰੀ ਜੀ ਪਾਈ ਵੀ ਆ, ਬੂਟ ਬੂਟ ਜੇ ਪਾਏ ਹੋਏ ਆ, ਕਹਿੰਦੀ ਉਹ ਡਾਕਟਰ ਆ ਗਿਆ। ਤਾਂ ਬਾਕੀ ਤੁਸੀਂ ਦੇਖ ਸਕਦੇ ਹੋ, ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ। ਅਤੇ ਬਾਈ ਨਾਲ ਮਾੜੀ ਜੀ 2 ਮਿੰਟ ਗੱਲ ਕਰਵਾ ਦਈਏ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਵੀਰੇ ਆਪਣਾ ਇਹ ਮੱਝ ਹੁਣ ਕਿੰਨੇ ਸੂਏ ਆ? ਤੀਜੇ ਸੂਏ ਸੂਈ ਹੈ। ਅਤੇ ਦੂਜੇ ਸੂਏ ਦਾ ਦੁੱਧ ਕਿੰਨਾ ਸੀਗਾ ਜਮਾਂ ਘੰਟੇ ਦਾ? 21 ਕਿਲੋ 700 ਗ੍ਰਾਮ ਦੂਜੇ ਸੂਏ ਦਾ ਹੀ ਚਵਾਉਣਾ। ਨਾ ਹੁਣ ਨਜ਼ਰ ਤੋਂ ਨਾ ਡਰਿਆ ਕਰੋ, ਆਪਾਂ ਫੇਰ ਹੀ ਬਾਹਰ ਨਿਕਲਾਂਗੇ। ਹਾਂ ਬਿਲਕੁਲ ਬਿਲਕੁਲ, ਨਵੇਂ ਭਰਾਂਗੇ ਤੁਸੀਂ, ਹੈ ਨਾ? ਅਤੇ ਹੁਣ ਤੀਜੇ ਸੂਏ ਹੁਣ ਕਿੰਨੇ ਦਿਨ ਹੋ ਗਏ ਸੂਈ ਨੂੰ? ਅੱਜ ਦਸਵਾਂ ਦਿਨ। HLD ਦਾ ਬੱਚਾ ਵਾਂਗ ਰਿਹਾ ਨਾ, ਕੱਟਾ ਦਿੱਤਾ ਬਹੁਤ ਸੋਹਣਾ ਬਰੀਦ ਵਾਲਾ ਕੱਟਾ। ਲਓ ਵੀ ਜੇ ਕੱਟਾ ਵੀ ਦੇਖੋਗੇ ਇਹੋ ਜਿਹੀਆਂ ਮੱਝਾਂ ਦੀ ਚਵਾਈ ਕਰਾ ਕੇ, ਆਹ ਵੀ ਚੀਜ਼ ਤੁਹਾਡੀ ਕਹਿਣ ਦਾ ਭਾਵ ਬੰਬੀ ਹੈ। ਜਦੋਂ ਮੱਝਾਂ 20 ਲੀਟਰ ਤੋਂ ਉੱਤੇ ਦਿੰਦੀਆਂ ਤਾਂ ਇਹ ਕੱਟੇ ਵੀ ਜਿਹੜੀਆਂ ਕੱਟੀਆਂ ਨੂੰ ਵੱਧ ਕੀਮਤ 'ਤੇ ਬਣ ਜਾਂਦੇ ਆ। ਅਤੇ ਐਸੇ ਟਾਈਮ ਅੱਜ 10 ਦਿਨ ਹੋ ਗਏ, ਅਤੇ ਹੁਣ ਬੋਲੀ ਤੋਂ ਖਾਲੀ ਖੁੱਲੀ ਕਿੰਨੇ ਦੁੱਧ ਹੋਈ ਹੈ? ਅੱਛਾ ਵੀ ਜਿਵੇਂ ਅੱਜ 10ਵਾਂ ਦਿਨ ਹੈ ਇਹਨੂੰ ਸੂਈ ਨੂੰ, ਅਤੇ 15 ਕਿਲੋ ਦੁੱਧ ਤਿਆਰ ਕਰ ਗਈ? ਹਾਂ ਕਰ ਗਈ ਬਾਈ। ਨਹੀਂ ਬਾਈ ਬਹੁਤ ਸੋਹਣੀ ਗੱਲ ਆ, ਹੈ ਨਾ? ਮਿਹਨਤ ਆ ਭਰਾਵੋ, ਤਰੱਕੀਆਂ ਬਖਸ਼ੇ ਰੱਬ, ਬੁਰੀ ਨਜ਼ਰ ਤੋਂ ਬਚਾਈ ਰੱਖੇ। ਅਤੇ ਆਪਾਂ ਹੁਣ ਇਕੱਲੀ ਇਕੱਲੀ ਚੀਜ਼ ਥਣਾਂ ਤੋਂ ਲਾ ਕੇ, ਬਾਈ ਆਪਾਂ ਖੋਲ੍ਹੀਏ ਇਹਨੂੰ ਉੱਧਰਲੇ ਪਾਸੇ ਲੈ ਚੱਲਦੇ ਹਾਂ, ਹੈ ਨਾ? ਤਾਂ ਇੱਧਰੋਂ ਗਾਂ ਆ ਜਾਂਦੀਆਂ ਮੂਹਰੇ, ਤੁਹਾਨੂੰ ਇਕੱਲੀ ਇਕੱਲੀ ਚੀਜ਼ ਤੁਸੀਂ ਆਰਡਰ ਦੀ ਗੱਲ ਜੇ ਕਰੋ ਤਾਂ ਆਰਡਰ ਤੁਸੀਂ ਦੇਖ ਸਕਦੇ ਆ। ਅਤੇ ਸੂਈ ਨੂੰ ਦਿਨ ਹੋ ਗਏ ਬਹੁਤ ਘੱਟ ਵੀਰੇ, ਆਹ ਦੇਖੋ ਹੁਣ ਕੱਟਰੂ ਕੋਲ ਆ ਗਏ, ਹੁਣ ਕੋਈ ਉੱਪਰਾਂ ਨਹੀਂ ਮੰਨਿਆ ਨੇ। ਲੈ ਚੱਲ ਵੀਰੇ ਉੱਧਰੋਂ ਇੱਧਰੋਂ ਆਉਂਦੀ ਦੇ ਵਾਲੀ ਸੋਹਣੀ ਵੀਡੀਓ। ਲਓ ਜੀ ਮੇਰੀ ਕੋਸ਼ਿਸ਼ ਹੋਊਗੀ ਵੀ ਤੁਹਾਨੂੰ ਆਰਡਰ ਦਿਖਾਉਣ ਦੀ, ਜਿਹੜੀ ਮੱਝ ਆ ਮੱਝ ਤਾਂ ਤੁਸੀਂ ਆ ਕੇ ਵੀ ਦੇਖ ਲੈਣੀ ਹੈ, ਸਾਡੀ ਕੋਸ਼ਿਸ਼ ਤੁਹਾਨੂੰ ਇਮਾਨਦਾਰੀ ਨਾਲ ਜਮ੍ਹਾਂ ਸੱਚਾ ਦੁੱਧ ਦੱਸੀਏ। ਵੀ ਹੁਣ ਭਾਈ ਅੱਜ 10ਵਾਂ ਦਿਨ ਹੈ, ਜਿਵੇਂ ਬਾਈ ਨੇ ਦੱਸਿਆ ਵੀ ਇੰਨਾ ਦੁੱਧ ਤਿਆਰ ਹੈ, ਉੱਧਰ ਨਵਾਂ ਹਜੇ ਕੱਟਰੂ ਕਰਕੇ ਭੱਜਦੀ ਆ, ਕੋਈ ਨਾ ਰੋਕ ਲਈ ਕੱਟਰੂ ਕੋਲ ਰੋਕ ਲਈ, ਅਤੇ ਦੇਖ ਸਕਦੇ ਹਾਂ ਬਾਈ। ਅਤੇ ਬਾਕੀ ਹਜੇ ਤਾਂ ਜਦੋਂ ਆਰਡਰ ਤਿਆਰ ਕਰਾ ਗਈ ਤਾਂ ਜੋ ਦੁੱਧ ਦੁੱਧ ਪੱਕਾ ਬਣਾ ਗਈ, ਹੁਣ ਵੀ ਆਰਡਰ ਬਹੁਤ ਜ਼ਿਆਦਾ ਜ਼ਬਰਦਸਤ ਹੈ, ਬਹੁਤ ਸੋਹਣਾ ਆਰਡਰ ਹੈ, ਬੈਕ ਬਹੁਤ ਨਿਕਲਿਆ। ਪਰ ਮੈਨੂੰ ਯਕੀਨ ਹੈ ਵੀ ਇੱਦਾਂ ਦੀਆਂ ਮੱਝਾਂ ਤਾਂ ਤੁਹਾਨੂੰ ਵੀ ਯਕੀਨ ਹੀ ਆ, ਤੁਸੀਂ ਵੀ ਦੇਖਦੇ ਰਹਿੰਦੇ ਹਾਂ ਵੀਡੀਓ ਵੀ ਇੱਦਾਂ ਦੀਆਂ ਮੱਝਾਂ ਟਾਮੀਆਂ ਢੱਲੀਆਂ, ਤਾਂ ਆਪਣੇ ਵਰਗੇ ਫਾਰਮਾਂ 'ਤੇ ਇੱਦਾਂ ਦੀ ਮੱਝ ਆ ਜਾਂਦੀ ਸਾਰੀ ਜ਼ਿੰਦਗੀ ਨਹੀਂ ਵੇਚਦੇ, ਕਿਉਂਕਿ ਜਿਹੜੀਆਂ 20 ਲੀਟਰ ਤੋਂ ਉੱਪਰ ਆ ਗਈਆਂ ਰੀਜਨਲ ਦੁੱਧ ਆ ਗਏ, ਨੈਚੁਰਲ ਦੁੱਧ ਆ ਗਏ, ਘਰ ਦੀਆਂ ਖੁਰਾਕਾਂ ਦੇ ਦੁੱਧ ਆ ਗਏ, ਅਤੇ ਉਹ ਤੁਹਾਨੂੰ ਪਤਾ ਹੀ ਆ ਜਦੋਂ ਵੇਚਣੀ ਵੀ ਹੁੰਦੀ ਆ, ਅੱਡੋ ਅੱਡ ਲੈਣ ਹੁੰਦੀ ਆ, ਜਿਵੇਂ ਕੋਈ ਮਜਬੂਰੀਆਂ ਬਣ ਜਾਂਦੀਆਂ, ਕੋਈ ਲੈਣ ਇੱਦਾਂ ਹੁੰਦੀ ਆ ਵੀ ਜਲਦਰ ਆਪਾਂ ਗਾਈਆਂ ਰੱਖਦੇ ਹਾਂ, ਮੱਝ ਸੇਲ ਕਰ ਦਿਓ, ਕੋਈ ਇੱਦਾਂ ਕਰਦੇ ਆ, ਉਹ ਕੱਟੀ ਇਸੇ ਦੀ ਰੱਖੀ ਆ? ਓਕੇ ਓਕੇ, ਬਸ ਪੁੱਤੋ ਮੈਂ ਤਾਂ ਵੀਡੀਓ ਸ਼ੂਟ ਕਰਦਾ ਤੇਰੀ, ਤਾਂ ਦੇਖ ਸਕਦੇ ਹਾਂ ਤੇਰੇ ਹਿਸਾਬ ਨਾਲ ਹੁਣ ਕਿੰਨਾ ਦੁੱਧ ਦੇ ਸਕਦੀ ਹੈ ਇਹ? ਬਸ ਆਹੀ ਮੈਂ ਕਹਿਣ ਲੱਗਿਆ ਸੀ ਵੀ 23 ਲੀਟਰ ਤੋਂ ਨਹੀਂ ਕੱਢਦੀ, ਮੈਂ ਕਰ ਸਕਦਾ ਇਹਦਾ ਦਾਵਾ ਕਰ ਸਕਦੇ ਹਾਂ ਆਪਾਂ ਵੀ ਹਾਂ, ਜੇ ਵਧੀਆ ਬੰਦਾ ਸਮਾਈ ਵਾਲਾ, ਜਿਹਦਾ ਬੰਨ ਦੀ ਕਿੱਲੇ 'ਤੇ ਲਿਜਾ ਕੇ ਉਹਦਾ ਗੱਲ ਕੀ ਕਹਿਣੀ ਹੈ, ਪਰ ਜੇ ਬੰਦਾ ਇਹਦੇ ਮੂੰਹ 'ਚ ਵਿੱਚ ਹੱਥ ਦੇ ਕੇ ਜਿਵੇਂ ਦਵਿੰਦਰ ਨੇ ਚਵਾਈ ਕਰਾਈ ਹੈ, 23-24 ਲੀਟਰ 'ਤੇ ਚਵਾਈ ਕਰਾਉਣੀ ਆ, ਅਤੇ ਬੋਡੀ ਢਾਂਚਾ ਤਾਂ ਬਾਈ ਤੁਸੀਂ ਦੇਖ ਸਕਦੇ ਹਾਂ, ਹੈ ਨਾ? ਆਰਡਰ ਦਾ ਕਹਿੰਦੇ ਹੁੰਦਾ ਭਾਂਡੇ ਤੋਂ ਪਤਾ ਲੱਗ ਜਾਂਦਾ ਹੁੰਦਾ, ਜਿਵੇਂ ਆਪਣੀ ਆਮ ਜੀ ਕਹਾਵਤ ਹੈ ਵੀ ਪਿੰਡ ਦਾ ਘੀਰਿਆਂ ਤੋਂ ਪਤਾ ਲੱਗ ਜਾਂਦਾ। ਅੱਛਾ ਵੀ ਬਰੀਕ ਇੰਨਾ ਜ਼ਿਆਦਾ ਆ? ਓਕੇ ਬਾਈ, ਕਹਿੰਦਾ ਜਦੋਂ ਆਪਾਂ ਜੇ ਛੋਟੇ ਵੀ ਮਾਰ ਦਿੰਦੇ ਨਾ ਜ਼ਖਮ ਹੋ ਜਾਂਦੇ ਆ, ਉਹ ਕਰ ਲੈਣਾ। ਅਤੇ ਬਾਈ ਉੱਧਰ ਬੰਨ ਹੀ ਲੈ, ਇੱਧਰੋਂ ਪੱਠੀ ਦਿਖਾ ਦਈਏ ਆਪਾਂ ਇੱਧਰਲੇ ਪਾਸੋਂ, ਤਾਂ ਚੌੜੀ ਚੂੜੀ ਦੇਖੋ ਵੀਰੇ, ਸਿੰਗਾਂ ਦੀ ਕੁੱਲੀ ਬਰੀਡ ਵਾਲੀ ਮੱਝ, ਜਦੋਂ ਮਰਜ਼ੀ, ਇੱਕ ਗੱਲ ਹੋਰ ਵੀ ਆ, ਇਕੱਲਾ ਐਂ ਵੀ ਨਹੀਂ ਵੀ ਦੁੱਧ ਵਾਲੀ, ਜਦੋਂ ਮਰਜ਼ੀ ਇਹੋ ਜੀ ਮੱਝ ਨੂੰ ਤੁਸੀਂ ਬਰੀਡ 'ਚ ਲੈ ਕੇ ਖੜ ਜਾਓ ਵੀਰੇ, ਜਦੋਂ ਮਰਜ਼ੀ ਇੱਦਾਂ ਦੀਆਂ ਮੱਝਾਂ ਨੂੰ ਬਰੀਡ 'ਚ ਲੈ ਕੇ ਖੜਦੇ ਤੁਸੀਂ, ਮਾੜੀ ਜਿਹਾ ਗਾਂ ਖੋਲਿਓ। ਇਹ ਮੱਝਾਂ ਉਹ ਆ ਗਈਆਂ ਵੀਰੇ, ਇੱਕ ਤਾਂ ਹਕੀਕਤ ਦੇ ਵਿੱਚ ਹੁੰਦੀਆਂ, ਵੈਸੇ ਇਹ ਮੱਝਾਂ ਉਹ ਹੈ, ਇਹਨਾਂ ਨੇ 2-2 ਕੰਪੀਟੀਸ਼ਨ ਇਕੱਠੇ ਲਾਉਣ ਵਾਲੀਆਂ, ਬਿਊਟੀ ਕੰਪੀਟੀਸ਼ਨ ਵੀ ਇਕੱਠਾ ਲਾਉਣ ਵਾਲੀ, ਅਤੇ ਕਹਿਣ ਦਾ ਭਾਵ ਵੀਰੇ ਜਿਹੜਾ ਮਿਲਕ ਬਿਊਟੀ ਮਿਲਕ ਕੰਪੀਟੀਸ਼ਨ ਇਹ ਵੀ ਇਕੱਠਾ ਲਾਉਣ ਵਾਲੀ, ਦੁੱਧ ਚਵਾਈ ਅਤੇ ਬਿਊਟੀ ਕੰਪੀਟੀਸ਼ਨ, ਇਹ 2 ਕੰਪੀਟੀਸ਼ਨ ਵਾਲੀਆਂ ਮੱਝਾਂ ਬਾਈ। ਤਾਂ ਬਾਈ ਕਨੈਕਟ ਨੰਬਰ ਬੋਲੀ ਤੇਰੀ, ਚੱਲਦੀ ਚੱਲਦੀ ਵੀਡੀਓ ਜੀ ਵੀ ਬੋਲ ਗਏ ਆਪਾਂ।
देखो बरे आदि हूँ अच भी करते गेड़ा खाते ना तो आर्डर से तुम गौर ना ही देखो मगरों देखो एक गिठ मगर है बरे आर्डर एक गिठ मगर एक चीज़ मैं सूँ अज नॉर्मल मैं दसदा ना तो जे कोई बुस्टन बाबे दे जद की छड़ी वाले बंदे हथ लग गई है मज इन्हें भी दुद्ध उही जोखने जिवें लोगों के हाई लेवल से जोख दियाँ क्योंकि 23-24 लीटर वाली 25 लीटर वाली मछा तुम देख लो भी कितने तक जा पर है फैट बाई कहता 10-0 तक जाए अच्छा 10-0 तक चली जाए जो मगर सी एक बार नंबर बोलो 99-8-91 मेरी कोशिश रहूगी भी मैं कली कली चीज थोनू दिखाउण दी तां वीडियो वड्डी भी ना बले ते बाई नाल तुसी बाकी सारी जिम्मेदारी बाई नाल कनैक्ट तुसी कर सकते हैं मगरली बार 21 लीटर 1.5 लीटर दुध चवाई कराई भी है तो मेरी खुद ही तसली है भी 20 लीटर तो उत्ते दुध कड्डूगी कोई तोले पाउंदी ना तोले आपां कल्ला जो मैं वीडियो बनाउण तो पहला आपां इनकुआरी करी दी सारी फुल जे इनकुआरी दे विच लगदा भी बाकी मज भी 15-18 लीटर इहदे कोल दुध दिंदी आपां वीडियो बना देंगे तो उत्ते वाली गल किन्नी मर्जी होवे भी 15-16 लीटर तो घट ना हो क्योंकि 15-16 लीटर तो घट तो आम व्यापारी को मिल जाएँ पर जिहड़ियां ये 20 तो उत्ते होंदियां ये करमां नाल मिलदियां टामियां टलियां लखां मगर जिहड़ियां 15 वालियां वह भी मिलदियां टामियां टलियां वो थोड़ी जी चल 15-16 वाली निकल आउंदी है जिहड़ियां 17-18 तो बाद वालियां ये लख दे मगर 1-2 निकलदियां ते जिहड़ी 20 लीटर तो बाहर वालियां इदां दियां मझां वह वड्डे भाई लखां पशु मगर 1-2 मछां निकलदियां अज तक चवाई तुसीं देखदे रहिंदे आ ब्रीडरां दे घरे चवाइयां होईयां नॉर्मल घरां दे विच अज भी घाट आ ब्रीडिंग दी इसे गल्लों ही लगे पए आ वीडियो दिखाउणे आ चंगी चंगी चीज़ तुहाडे सामने लैके आउणे आ भी अज तुसीं देखोगे परखोगे कल नूं ब्रीड ते कम करोगे अज मझ पाउंदी 1 होवे पर 2 मझां दा दुध लओ खुराक 1 मझ दी आ गोहा 1 मझ दा चकणा कख 1 मझ दे खाणे आ खुराक इन्ना क फर्क पाऊगी जे 1 मझ 10 लीटर वाली दिंदी आ 5-6 किलो उहनूं भी खवाउणी पाऊगी जे 22-23 लीटर दिंदी है तो यह वो तो वह 9 किलो खा जू 10 किलो खा जू इतों खुराक नहीं खा सकती ठीक है कखा की बचत सामण की बचत यह चीज़ा आदि नोट करने वाली हैं तो बाकी वधिया लगी शेयर तुम ज़्यादा करना शेयर तुम्हें अगे भी दस्या भी जेडे भी भरा ज़्यादा शेयर कराया करे इतनी उन्होंने अपने फार्म की जनवरी के ठीक है उन्होंने स्क्रीनशॉट कट्टी चलया करो सामी चलया करो देख लिया करेंगे भी किने ज़्यादा शेयर कितिया कि ग्रुपा चीतियाँ कि कमेंट ज़्यादा है वह तो वह शेयर कराया करो तो सूँ गिफ्ट लाजमी क्ढा करा वो भी काफ का कट्टा जा कट्टी अपने फार्म का तसली वाला कोई आई नहीं भी ऊँ चक्के देता है नहीं तसली वाला पूरा जो गिफ्ट देना वो भी सूँ DNA टैट वाली गिफ्ट होगा कला ए नहीं भी पिंदी चीज़ा बेचने वाले तो DNA टैट कह देना गिफ्ट वाले कुछ आख्या नहीं गिफ्ट भी जो मिलना फुल यहाँ मझा भी मिलना DNA टैट की गरंटी वाला तो दब दुब के कर दया करो शेयर तुहानू पता इदां दीआं चीज़ां रोज़ डेली भरावां दे फोन आउंदे आ पर अपनी एक इमानदारी हुंदी आ फोन आउण तों पहलां भावें आपां दस दईए हुण वीडियो पैगी हुण वीडियो दे राहीं तुसीं बाई नाल डायरैक्ट तुसीं कनैक्ट करो ठीक है जिहड़े भरावां दे सारिआं दे फोन आई जांदे रहिंदे आ वीरे मझ चाहीदे 20 तों उत्ते 20 तों उत्ते जदों मर्जी आ जो दस दिनां दी आ सूई वे तुहानू बच्चे ने दस देणा देख सकदे आ बच्चे दी फुरती चुस्ती देख लो इहदी उमर देख लो बच्चे की सूँ पती है जो बंदे जानकार होंगे उन्होंने बच्चों तो उम्र का बिल्कुल सही एस्टीमेट लग जाता हजे नाड़गा भी 1-2 दिन से टुटा वा दे बहुत छोटा तो भोला जहा बच्चा है तो बाकी ब्रीड ब्रूड तुम देख सकते हैं ये भी एक नंबर जो मझ है जोड़े भरा को मझ जावड़ी मैं दावा करदा भी वह 20-22 लीटर तो उत्ते की चवाई कराऊगा जो 20-22 लीटर की चवाई होगी तो जेडे आ कट्टा गा इदा के कट्टिया की कीमत भी फिर बनती है बई जिमें परसों ही अपन एक बंदा कही कमेंट से कहना कट्टे वेचते कट्टे वेचते ठीक है जे हुण मझ अपनी 20-22 लीटर दुध देगी भाई फिर ही कट्टा बेचांगे आपां ते जे अपनियां भी 8-10 देणगियां ना कट्टा विके ना मझ विके उही बहां काड़ी मंडियां वाला काम ब्रीड ते आओ ब्रीड ते आपां काम करो चंगीआं चंगीआं ब्रीडां ते काम करिए आमदन डबल करांगे दुध ज़्यादा है कट्टरू ज़्यादा चंगा मिलता है कट्टरू सामदा हाँ इत्थे 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 रोक ला इत्थे कड़ा नहीं कमेटी ते कट्टरू ज़्यादा मतलब चंगा विक जांदा यही चीज़ां ने आपां नूं मूहरे लाउणा है भी आम बंदे नूं थोड़ा दुध ज़्यादा लेता जाए तो आम बंद कट्टरू चंगा लिता जाए कट्टरू बेचा जाए तो ठीक है जी सत श्री अकाल धन्यवाद वीडियो वो तो वेयर जरूर करो कमेंट भी जरूर करो बई।